ਸਰਕਾਰ گلوبਲ ਪੰਜਾਬ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਜਤਿੰਦਰ ਕੌਰ ਲੈ ਕੇ ਹਾਸਰ ਵਰਲਡ ਅਪਡੇਟ ਰੂਸ ਦੇ ਦੌਰੇ ਤੇ ਗਏ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਰਾਸ਼ਟਰਪਤੀ ਬੁਲਾਦੀਮੀਰ ਪੁਤਨ ਦੇ ਨਾਲ ਮੁਲਾਕਾਤ ਕੀਤੀ ਹੈ ਇਸ ਦੌਰਾਨ ਦੋਹਾਂ ਨੇਤਾਵਾਂ ਨੇ ਕਈ ਅਹਿਮ ਮੁੱਦਿਆਂ ਤੇ ਚਰਚਾ ਕੀਤੀ ਰਾਸ਼ਟਰਪਤੀ ਪੁਤਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਗਲੇ ਸਾਲ ਰੂਸ ਆਉਣ ਦਾ ਸੱਦਾ ਵੀ ਦਿੱਤਾ ਪੁਤਨ ਨੇ ਜੈਸ਼ੰਕਰ ਨੂੰ ਕਿਹਾ ਕਿ ਸਾਨੂੰ ਆਪਣੇ ਦੋਸਤ ਪ੍ਰਧਾਨ ਮੰਤਰੀ ਮੋਦੀ ਨੂੰ ਰੂਸ ਦੇ ਵਿੱਚ ਦੇਖ ਕੇ ਬਹੁਤ ਵਧੀਆ ਲੱਗੇਗਾ ਉਹਨਾਂ ਨੇ ਕਿਹਾ ਕਿ ਦੁਨੀਆ ਦੇ ਵਿੱਚ ਕਾਫੀ ਉਤਲ ਪੁਤਲ ਚੱਲ ਰਹੀ ਹੈ ਪਰ ਇਸ ਦੇ ਬਾਵਜੂਦ ਰੂਸ ਤੇ ਭਾਰਤ ਦੇ ਰਿਸ਼ਤੇ ਮਜ਼ਬੂਤ ਹੋ ਰਹੇ ਨੇ ਭਾਰਤ ਦੇ ਲੋਕ ਤੇਜ਼ੀ ਦੇ ਨਾਲ ਵਿਕਾਸ ਕਰ ਰਹੇ ਨੇ ਪੁਤਨ ਨੇ ਦੱਸਿਆ ਕਿ ਉਹਨਾਂ ਨੇ ਪਹਿਲਾਂ ਵੀ ਕਈ ਅਹਿਮ ਮੁੱਦਿਆਂ ਤੇ ਪ੍ਰਧਾਨ ਮੰਤਰੀ ਮੋਦੀ ਨੂੰ ਕਈ ਵਾਰ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਜਾਣਦਾ ਹਾਂ ਕਿ ਮੋਦੀ ਕਿਸੇ ਵੀ ਸੰਕਟ ਤੇ ਸ਼ਾਂਤੀਪੂਰਨ ਹੱਲ ਚਾਹੁੰਦੇ ਨੇ ਇਸ ਤੋਂ ਇਲਾਵਾ ਪੁਤਨ ਨੇ ਵਿਦੇਸ਼ ਮੰਤਰੀ ਨੂੰ ਇਹ ਵੀ ਕਿਹਾ ਕਿ ਅਗਲੇ ਸਾਲ ਆਮਚੋਣਾ ਦੇ ਚੱਲਦਿਆਂ ਭਾਰਤ ਦਾ ਕੈਲੰਡਰ ਬਹੁਤ ਰੁਝਿਆ ਲੱਗ ਰਿਹਾ ਹੈ ਹਾਲਾਂਕਿ ਕੋਈ ਵਿਜਿਤੇ ਰੂਸ ਤੇ ਭਾਰਤ ਦੇ ਰਿਸ਼ਤੇ ਸਥਿਰ ਰਹਿਣਗੇ ਰੂਸ ਨੇ ਇਸ ਗੱਲ ਤੇ ਜ਼ੋਰ ਵੀ ਦਿੱਤਾ ਹੈ ਕਿ ਦੋਹਾਂ ਦੇਸ਼ਾਂ ਦੇ ਵਿਚਾਲੇ ਕਾਰੋਬਾਰ ਸਿਰਫ ਤੇਲ ਕੋਲਾ ਤੇ ਊਰਜਾ ਨਾਲ ਸੰਬੰਧਿਤ ਉਤਪਾਦਨ ਤੱਕ ਸੀਮਿਤ ਨਹੀਂ ਹੈ ਬਲਕਿ ਹਾਈ ਟੈਕ ਮਾਮਲਿਆਂ ਦੇ ਵਿੱਚ ਵੀ ਸਬੰਧ ਅੱਗੇ ਵਧ ਰਹੇ ਨੇ ਪੁਤਰੀ ਨੇ ਕਿਹਾ ਕਿ ਸਾਨੂੰ ਇਹ ਦੱਸਦੇ ਹਾਂ ਬੇहद ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੌਜੂਦਾ ਸਮੇਂ ਦੇ ਵਿੱਚ ਦੁਨੀਆ ਦੇ ਵਿੱਚ ਚੱਲ ਰਹੀ ਅਸ਼ਾਂਤੀ ਦੇ ਵਿਚਾਲੇ ਏਸ਼ੀਆ ਦੇ ਵਿੱਚ ਸਾਡੇ ਦੋਸਤ ਭਾਰਤ ਦੇ ਉੱਥੋਂ ਦੇ ਲੋਕਾਂ ਦੇ ਨਾਲ ਸਬੰਧ ਵਧਿਆ ਹੋ ਰਹੇ ਨੇ ਹੋਦਰੇ ਜਾਪਾਨ ਦੇ ਵਿੱਚ ਭੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਭੁਚਾਲ ਵਿਗਿਆਨ ਦੇ ਰਾਸ਼ਟਰੀ ਕੇਂਦਰ ਦੇ ਮੁਤਾਬਕ ਜਾਪਾਨ ਦੇ ਕੁਰਿਲ ਟਾਪੂ ਦੇ ਵਿੱਚ ਰਿਕਟਰ ਪੈਮਾਨੇ ਤੇ 6.3 ਦੀ ਤੀਬਰਤਾ ਮਾਪੀ ਗਈ ਭੁਚਾਲ ਦੇ ਵਿੱਚ ਫਿਲਹਾਲ ਕਿਸੇ ਜਾਣੀ ਨੁਕਸਾਨ ਦੀ ਪੁਸ਼ਟੀ ਨਹੀਂ ਕੀਤੀ ਗਈ ਹਾਲਾਂਕਿ ਭੁਚਾਲ ਦੇ ਕਾਰਨ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਜ਼ਰੂਰ ਬਣਿਆ ਲੋਕ ਆਪਣੇ ਘਰਾਂ ਤੇ ਦਫ਼ਤਰਾਂ ਦੇ ਵਿੱਚੋਂ ਬਾਹਰ ਆ ਗਏ ਅਧਿਕਾਰੀਆਂ ਮੁਤਾਬਕ ਅਜੇ ਤੱਕ ਸੁਨਾਮੀ ਨੂੰ ਲੈ ਕੇ ਕੋਈ ਵੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਇਸੇ ਦੇ ਨਾਲ ਹੀ ਭੁਚਾਲ ਦੀ ਡੂੰਘਾਈ ਧਰਤੀ ਦੇ ਅੰਦਰ 10 ਕਿਲੋਮੀਟਰ ਦੱਸੀ ਜਾ ਰਹੀ ਹੈ ਮੀਡੀਆ ਰਿਪੋਰਟਰਾਂ ਮੁਤਾਬਕ ਅੱਜ ਪਿਛਲੇ 3 ਦਿਨਾਂ ਦੇ ਵਿੱਚ ਤੀਜੀ ਵਾਰ ਪੁਚਾਲ ਆਇਆ ਜਿਸ ਕਾਰਨ ਲੋਕ دہشت ਦੇ ਮਾਹੌਲ ਦੇ ਵਿੱਚ ਨੇ। ਕਤਰ ਦੇ ਵਿੱਚ ਮੌਤ ਦੀ ਸਜ਼ਾ ਸੁਣਾਏ ਗਏ 8 ਸਾਬਕਾ ਭਾਰਤੀ ਅਧਿਕਾਰੀਆਂ ਨੂੰ ਵੱਡੀ ਰਾਹਤ ਮਿਲੀ ਹੈ। ਜਾਣਕਾਰੀ ਮੁਤਾਬਕ ਭਾਰਤ ਸਰਕਾਰ ਦੀ ਅਪੀਲ ਤੇ ਸਾਰੇ 8 ਲੋਕਾਂ ਦੀ ਮੌਤ ਦੀ ਸਜ਼ਾ ਤੇ ਰੋਕ ਲਗਾ ਦਿੱਤੀ ਗਈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹਨਾਂ ਨੇ ਇਸ ਮਾਮਲੇ ਨੂੰ ਲੈ ਕੇ ਕਤਰ ਦੀ ਅਦਾਲਤ ਵਿੱਚ ਪਹੁੰਚ ਕੀਤੀ ਸੀ। ਸੁਣਵਾਈ ਦੌਰਾਨ ਅਦਾਲਤ ਨੇ ਸਜ਼ਾ ਘਟਾ ਕਰ ਦਿੱਤੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਵਿਸਤ੍ਰਿਤ ਜਾਂਚ ਦੇ ਹੁਕਮ ਦਿੱਤੇ ਗਏ ਨੇ। ਸਾਡੀ ਕਾਨੂੰਨੀ ਟੀਮ ਅਗਲੇ ਕਦਮ ਬਾਰੇ 8 ਭਾਰਤੀਆਂ ਦੇ ਪਰਿਵਾਰਾਂ ਦੇ ਨਾਲ ਸੰਪਰਕ ਦੇ ਵਿੱਚ ਹੈ। ਮੰਤਰਾਲੇ ਨੇ ਅੱਗੇ ਕਿਹਾ ਕਿ ਅਸੀਂ ਸ਼ੁਰੂ ਤੋਂ ਹੀ 8 ਲੋਕਾਂ ਦੇ ਪਰਿਵਾਰ ਦੇ ਨਾਲ ਖੜੇ ਹਾਂ। ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਵੇਖਦਿਆਂ ਹੋਇਆਂ ਇਸ ਬਾਰੇ ਜ਼ਿਆਦਾ ਬੋਲਣਾ ਸਾਡੇ ਲਈ ਠੀਕ ਨਹੀਂ ਹੋਵੇਗਾ। ਅਸੀਂ ਇਸ ਮੁੱਦੇ ਨੂੰ ਕਤਰ ਪ੍ਰਸ਼ਾਸਨ ਦੇ ਕੋਲ ਲਗਾਤਾਰ ਚੁੱਕਦੇ ਰਹੇ ਹਾਂ ਤੇ ਅੱਗੇ ਵੀ ਚੁੱਕਦੇ ਰਹਾਂਗੇ। ਭਾਰਤੀ ਜਲਸਾ ਇਹਨਾਂ ਦੇ 8 ਸਾਬਕਾ ਅਧਿਕਾਰੀਆਂ ਦੀ ਪਛਾਣ ਵੀ ਹੋ ਚੁੱਕੀ ਹੈ। ਦੱਸਿਆ ਕਿ ਕਤਰ ਸਥਿਤ ਅਲਦਾਹਰਾ ਕੰਪਨੀ ਦੇ ਵਿੱਚ ਕੰਮ ਕਰਨ ਵਾਲੇ 8 ਭਾਰਤੀਆਂ ਤੇ ਕਥਿਤ ਤੌਰ ਤੇ ਜਾਸੂਸੀ ਕਰਨ ਦਾ ਦੋਸ਼ ਲੱਗਾ ਹੈ। ਹਾਲਾਂਕਿ ਅਧਿਕਾਰਤ ਤੌਰ ਤੇ ਕਤਰ ਨੇ ਦੋਸ਼ਾਂ ਬਾਰੇ ਕੁਝ ਵੀ ਨਹੀਂ ਕਿਹਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਅਤੇ ਇਟਲੀ ਦਰਮਿਆਨ ਮਾਈਗ੍ਰੇਸ਼ਨ ਅਤੇ ਮੋਬਿਲਿਟੀ ਸਮਝੌਤੇ ਤੇ ਹਸਤਾਖਰ ਕਰਨ ਦਾ ਫੈਸਲਾ ਕਰ ਲਿਆ। ਇਹ ਸਮਝੌਤਾ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ, ਵਿਦਿਆਰਥੀਆਂ ਤੇ ਹੁਨਰਮੰਦ ਕਾਮਿਆਂ ਨੂੰ ਸਹਾਇਤਾ ਪ੍ਰਦਾਨ ਕਰਨ, ਕਾਰੋਬਾਰੀ ਲੋਕਾਂ ਤੇ ਨੌਜਵਾਨ ਪੇਸ਼ੇਵਰਾਂ ਦੀ ਗਤੀਸ਼ੀਲਤਾ ਦੇ ਵਿੱਚ ਸੁਧਾਰ ਕਰਨ ਅਤੇ ਅਨੇਯਮਤ ਪ੍ਰਵਾਸ ਦੇ ਨਾਲ ਸੰਬੰਧਿਤ ਮੁੱਦਿਆਂ ਤੇ ਸਹਿਯੋਗ ਕਰਨ ਦਾ ਇੱਕ ਸਾਧਨ ਹੋਵੇਗਾ ਇਸ ਤਹਿਤ ਇਟਲੀ ਦੇ ਵਿੱਚ ਸਿੱਖਿਆ ਜਾਂ ਕੀਤਾ ਮੁਖੀ ਸਿਖਲਾਈ ਪੂਰੀ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਅਸਥਾਈ ਨਿਵਾਸ ਦੀ ਇਜਾਜ਼ਤ ਦਿੱਤੀ ਜਾਵੇਗੀ ਜਿਸ ਦੇ ਨਾਲ ਉਹਨਾਂ ਨੂੰ ਇਟਲੀ ਦੇ ਵਿੱਚ ਵੱਖ-ਵੱਖ ਖੇਤਰਾਂ ਦੇ ਵਿੱਚ ਤਜਰਬਾ ਹਾਸਲ ਕਰਨ ਦਾ ਮੌਕਾ ਮਿਲੇਗਾ ਇਸੇ ਦੇ ਨਾਲ ਹੀ ਕਾਮਿਆਂ ਦੇ ਲਈ ਰਾਖਵਾ ਕੋਟਾ ਵੀ ਨਿਰਧਾਰਤ ਕੀਤਾ ਗਿਆ ਜਿਸ ਦੇ ਨਾਲ ਗੈਰ ਮੌਸਮੀ ਤੇ ਮੌਸਮੀ ਕਾਮਿਆਂ ਨੂੰ ਵੱਖ-ਵੱਖ ਸੈਕਟਰਾਂ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲੇਗਾ ਇਸ ਸਮਝੌਤੇ ਨਾਲ ਨੌਜਵਾਨ ਪੇਸ਼ੇਵਰਾਂ ਨੂੰ ਭਾਰਤ ਅਤੇ ਇਟਲੀ ਦੇ ਵਿਚਕਾਰ ਅਤੇ ਸ਼ੀਲਤਾ ਰੂਟਾਂ ਦੇ ਵਿੱਚ ਭਾਰਤੀ ਕੀਤੇ ਜਾਣ ਦੇ ਮੌਕੇ ਪ੍ਰਦਾਨ ਕਰੇਗਾ ਖਾਸ ਕਰਕੇ ਸਿਹਤ ਸੰਭਾਲ ਅਤੇ ਮੈਡੀਕਲ ਸੇਵਾਵਾਂ ਦੇ ਖੇਤਰ ਦੇ ਵਿੱਚ ਜੇ ਡਬਲਯੂਜੀ ਦੁਆਰਾ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਤੇ ਇਹ ਯਕੀਨੀ ਬਣਾਉਣ ਦੇ ਲਈ ਸਮੇਂ-ਸਮੇਂ ਤੇ ਮੁਲਾਂਕਣ ਕੀਤਾ ਜਾਵੇਗਾ ਕਿ ਕੀ ਸਮਝੌਤੇ ਨੂੰ ਸਕਾਰਾਤਮਕ ਢੰਗ ਦੇ ਨਾਲ ਲਾਗੂ ਕੀਤਾ ਜਾ ਰਿਹਾ ਹੈ ਇਹ ਸਮਝੌਤਾ ਅਨਿਯਮਤ ਪ੍ਰਵਾਸ ਦੇ ਖਿਲਾਫ ਲੜਾਈ ਦੇ ਵਿੱਚ ਸਹਿਯੋਗ ਨੂੰ ਵਧਾਏਗਾ ਤੇ ਦੋਹਾਂ ਦੇਸ਼ਾਂ ਦੇ ਦਰਮਿਆਨ ਸਾਂਝਾ ਕੰਮ ਇਹ ਯਕੀਨੀ ਬਣਾਏਗਾ ਕਿ ਸਮਝੌਤਾ ਸਫਲਤਾ ਦੇ ਨਾਲ ਪ੍ਰਭਾਵਸ਼ਾਲੀ ਢੰਗ ਦੇ ਨਾਲ ਕੰਮ ਕਰ ਰਿਹਾ ਹੈ ਇਸ ਸਮਝੌਤੇ ਦੇ ਲਾਗੂ ਹੋਣ ਦੇ ਨਾਲ ਭਾਰਤ ਅਤੇ ਇਟਲੀ درمیان ਸਹਿਯੋਗ ਦੇ ਵਿੱਚ ਹੋਰ ਵਾਧਾ ਹੋਵੇਗਾ ਉਰਕੀ ਦੇ ਇੱਕ ਹਾਈਵੇ ਤੇ ਕਈ ਵਾਹਨਾਂ ਦੀ ਜ਼ਬਰਦਸਤ ਟੱਕਰ ਹੋਣ ਦੀ ਜਾਣਕਾਰੀ ਮਿਲੀ ਹੈ ਇਸ ਟ੍ਰੈਫਿਕ ਹਾਦਸੇ ਦੇ ਵਿੱਚ ਘੱਟੋ ਘੱਟ 11 ਲੋਕਾਂ ਦੀ ਮੌਤ ਹੋ ਗਈ ਤੇ 57 ਹੋਰ ਜ਼ਖਮੀ ਹੋ ਗਏ ਸਰਕਾਰੀ ਟੀਆਰਟੀ ਪ੍ਰਸਾਰਕ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ ਇਹ ਹਾਦਸਾ ਉੱਤਰੀ ਮਾਰਮਾਰਾ ਹਾਈਵੇ ਤੇ ਉੱਤਰ ਪੱਛਮੀ ਸਾਕਾਰਿਆ ਸੂਬੇ ਦੇ ਨੇੜੇ ਇੱਕ ਸਥਾਨ ਤੇ ਵਾਪਰਿਆ ਹਾਈਵੇ ਦੇ ਇਸਤੰਬੁਲ ਦਿਸ਼ਾ ਦੇ ਦਾਗਦੀਬੀ ਖੇਤਰ ਦੇ ਵਿੱਚ ਸੰਘਣੀ ਧੁੰਦ ਕਾਰਨ ਹੋਏ ਲੜੀਵਾਰ ਹਾਦਸੇ ਦੇ ਵਿੱਚ ਤਿੰਨ ਬਸਾਂ ਤੇ ਇੱਕ ਟਰੱਕ ਸਮੇਤ 7 ਵਾਹਨ ਸ਼ਾਮਲ ਸਨ ਹਾਦਸੇ ਤੋਂ ਬਾਅਦ ਹਾਈਵੇ ਦੇ ਇਸਤੰਬੁਲ ਦਿਸ਼ਾ ਦੇ ਵਿੱਚ ਆਵਾਜ਼ਾਈ ਠੱਪ ਹੋ ਗਈ ਸਾਕਾਰਿਆ ਦੇ ਗਵਰਨਰ ਯਾਸਰ ਕਾਰਦੇਸ ਨੇ ਪ੍ਰਸਾਰਕ ਨੂੰ ਦੱਸਿਆ ਕਿ ਜ਼ਖਮੀਆਂ ਦਾ 10 ਵੱਖ-ਵੱਖ ਹਸਪਤਾਲਾਂ ਦੇ ਵਿੱਚ ਇਲਾਜ ਕੀਤਾ ਜਾ ਰਿਹਾ ਹੈ ਤੁਰਕੀ ਦੇ ਨਿਆ ਮੰਤਰੀ ਨੇ ਕਿਹਾ ਕਿ ਉਪ ਮੁੱਖ ਸਰਕਾਰੀ ਵਕੀਲ ਦੇ ਤਾਲਮੇਲ ਹੇਠ ਤਿੰਨ ਸਰਕਾਰੀ ਵਕੀਲਾਂ ਨੂੰ ਹਸੇ ਸਬੰਧੀ ਰਿਪੋਰਟ ਤਿਆਰ ਕਰਨ ਦੇ ਲਈ ਨਿਯੁਕਤ ਕੀਤਾ ਗਿਆ ਸੀ ਇਜ਼ਰਾਈਲੀ ਫੌਜ ਦੇ ਵੱਲੋਂ ਹਮਾਸ ਖਿਲਾਫ ਗਾਜ਼ਾ ਦੇ ਵਿੱਚ ਕੀਤੇ ਗਏ ਹਵਾਈ ਅਤੇ ਜ਼ਮੀਨੀ ਹਮਲਿਆਂ ਦੇ ਵਿੱਚ ਦਰਜਨ ਫਲਸਤੀਨੀ ਮਾਰੇ ਗਏ ਨੇ ਫੌਜ ਨੇ ਸ਼ਹਿਰਾਂ ਕਸਬਿਆਂ ਤੇ ਸ਼ਰਨਾਰਥੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਉੱਤਰੀ ਗਾਜ਼ਾ ਤਕਰੀਬਨ ਢਹ ਢੇਰੀ ਹੋ ਗਿਆ ਤੇ ਕਈ ਹਫ਼ਤਿਆਂ ਤੋਂ ਬਾਕੀ ਖਿੱਤੇ ਦੇ ਨਾਲ ਉਪਕ ਹੋ ਗਿਆ ਹੁਣ ਲੋਕਾਂ ਨੂੰ ਇਹ ਡਰ ਸਤਾਉਣ ਲੱਗਾ ਕਿ ਦੱਖਣ ਦੇ ਵਿੱਚ ਵੀ ਇਜ਼ਰਾਈਲ ਉੱਤਰ ਵਰਗੇ ਹਾਲਾਤ ਪੈਦਾ ਕਰ ਦੇਵੇਗਾ ਇਜ਼ਰਾਈਲ ਨੇ ਹਮਾਸ ਦੇ ਖਾਤਮੇ ਦਾ ਅਹਿਦ ਲਿਆ ਜੋ ਅਜੇ ਵੀ ਸਖਤ ਟੱਕਰ ਦੇ ਰਿਹਾ ਹੈ ਇਜ਼ਰਾਈਲ ਮੁਤਾਬਕ ਜੰਗ ਕਈ ਮਹੀਨਿਆਂ ਤੱਕ ਜਾਰੀ ਰਹਿ ਸਕਦੀ ਹੈ ਤੇ ਨਾਲ ਹੀ ਇੱਕ ਘਰ ਤੇ ਹਵਾਈ ਹਮਲੇ ਦੇ ਵਿੱਚ 21 ਵਿਅਕਤੀ ਮਲਵੇ ਹੇਠ ਦਫਨ ਹੋ ਗਏ ਸਥਾਨਕ ਟੀਵੀ ਸਟੇਸ਼ਨ ਦੇ ਨਾਲ ਜੁੜੇ ਪੱਤਰਕਾਰ ਨੇ ਕਿਹਾ ਕਿ ਉਸ ਦਾ ਤਾਰਤਬਾ ਹੋ ਗਿਆ ਤੇ ਨਾਲ ਲੱਗਦੇ ਤਨ ਹੋਰ ਘੱਟ ਬੁਰੀ ਤਰ੍ਹਾਂ ਨੁਕਸਾਨੇ ਗਏ ਨੇ ਉਸ ਮੁਤਾਬਕ ਪਰਿਵਾਰ ਦੇ 12 ਮੈਂਬਰ ਮਾਰੇ ਗਏ ਨੇ ਤੇ 9 ਗਵਾਂਡੀ ਵੀ ਲਾਪਤਾ ਨੇ ਮਦ ਗਾਜ਼ਾ ਦੇ ਵਿੱਚ ਇਜ਼raਇਲੀ ਜੰਗੀ ਜਹਾਜ਼ਾਂ ਤੇ ਤੋਪਾਂ ਨੇ ਬੁਰੇਸ ਅਤੇ ਨੁਸਰਤ ਸ਼ਰਨਾਰਥੀ ਕੈਂਪਾਂ ਤੇ ਗੋਲੇ ਦਾਗੇ ਨੇ ਜਿਸ ਦੇ ਨਾਲ ਕਈ ਇਮਾਰਤਾਂ ਪਦਰੀਆਂ ਹੋ ਗਈਆਂ ਦੀਰ ਅਲ ਬਲਾਹ ਦੇ ਨੇੜੇ ਕਸਬੇ ਦੇ ਇੱਕ ਹਸਪਤਾਲ ਦੇ ਵਿੱਚ 25 ਲਾਸ਼ਾਂ ਆਈਆਂ ਕਸਬੇ ਦੇ ਵਿੱਚ ਪੂਰੀ ਰਾਤ ਧਮਾਕੇ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਫਲਸਤੀਨੀ ਰੈੱਡ ਕਰਸਟ ਨੇ ਕਿ ਹੈ ਕਿ ਖਾਨ ਯੂਨਿਸ ਦੇ ਵਿੱਚ ਅਲ ਅਮਾਲ ਹਸਪਤਾਲ ਦੇ ਨੇੜੇ 10 ਵਿਅਕਤੀ ਹਲਾਕ ਅਤੇ 12 ਹੋਰ ਜ਼ਖਮੀ ਹੋ ਗਏ ਇਸੇ ਦੌਰਾਨ ਇਜ਼raਇਲੀ ਫੌਜ ਨੇ ਪੱਛਮੀ ਕੰਡੇ ਦੇ ਕਈ ਇਲਾਕਿਆਂ ਦੇ ਵਿੱਚ ਵਿਸ਼ੇਸ਼ ਮੁਹਿੰਮ ਚਲਾ ਕੇ ਇੱਕ ਇਹ ਫਲਸਤੀਨੀਆ ਨੂੰ ਗ੍ਰਿਫਤਾਰ ਕੀਤਾ ਜੋ ਹਮਾਸ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਉਂਦੇ ਸਨ ਰੀਪੋਰਟ ਮੁਤਾਬਕ ਗਾਜ਼ਾ ਦੇ ਵਿੱਚ ਚੱਲ ਰਹੀ ਜੰਗ ਦੌਰਾਨ ਭਾਰਤ ਨੇ ਫਲਸਤੀਨੀ ਸ਼ਰਨਾਰਥੀਆਂ ਬਾਰੇ ਸੰਯੁਕਤ ਰਾਸ਼ਟਰ ਦੀ ਰਾਹਤ ਅਤੇ ਵਰਕਸ ਏਜੰਸੀ ਨੂੰ 25 ਲੱਖ ਡਾਲਰ ਦੀ ਦੂਜੀ ਕਿਸ਼ਤ ਜਾਰੀ ਕਰ ਦਿੱਤੀ ਹੈ। ਭਾਰਤ ਨੇ ਸਾਲ 2023-24 ਦੇ ਲਈ UNRWA ਨੂੰ 50 ਲੱਖ ਡਾਲਰ ਸਾਲਾਨਾ ਦੇਣ ਦਾ ਅਹਿਦ ਲਿਆ ਸੀ। UN ਦੇ ਮੈਂਬਰਾਂ ਦੇ ਵੱਲੋਂ ਵਲੰਟਰੀ ਆਧਾਰ ਤੇ ਇਹ ਯੋਗਦਾਨ ਪਾਇਆ ਗਿਆ। ਦੱਸ ਦੇ ਕਿ UNRWA ਦੇ ਵੱਲੋਂ ਰਜਿਸਟਰ ਫਲਸਤੀਨੀ ਸ਼ਰਨਾਰਥੀਆਂ ਦੇ ਲਈ ਰਾਹਤ ਤੇ ਭਲਾਈ ਦੇ ਕੰਮ ਕੀਤੇ ਜਾ ਰਹੇ ਨੇ। ਭਾਰਤ ਨੇ ਪਾਕਿਸਤਾਨ ਤੋਂ ਲਸ਼ਕਰ-ਏ-ਤੌਇਬਾ ਦੇ ਸੰਸਥਾਪਕ ਅਤੇ ਖਤਰਨਾਕ ਅੱਤਵਾਦੀ ਮੰਨੇ ਜਾਂਦੇ ਹਾਫिज़ ਸૈયਦ ਦੀ ਹਵਾਲਗੀ ਦੀ ਮੰਗ ਕੀਤੀ ਹੈ। ਇਹ ਖਬਰ ਪਾਕਿਸਤਾਨੀ ਮੀਡੀਆ ਤੋਂ ਸਾਹਮਣੇ ਆਈ ਹੈ। ਮੀਡੀਆ ਰਿਪੋਰਟਰਾਂ ਮੁਤਾਬਕ ਭਾਰਤ ਨੇ ਹਾਫिज़ ਦੀ ਹਵਾਲਗੀ ਦੇ ਲਈ ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਕੋਲ ਰਸਮੀ ਮੰਗ ਕੀਤੀ ਸੀ। ਜ਼ਿਕਰਯੋਗ ਹੈ ਕਿ ਹਾਫिज़ ਪੁਲਵਾਮਾ ਹਮਲੇ ਦਾ ਮਾਸਟਰਮਾਈਂਡ ਮੰਨਿਆ ਜਾਂਦਾ ਹੈ। ਭਾਰਤ ਸਰਕਾਰ ਨੇ ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੂੰ ਹਾਫिज़ ਸૈયਦ ਨੂੰ ਭਾਰਤ ਹਵਾਲੇ ਕਰਨ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਦੀ ਅਪੀਲ ਕੀਤੀ। ਹਾਲਾਂਕਿ ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਅਜੇ ਤੱਕ ਇਸ ਦੇ ਕੋਈ ਵੀ ਕ ਨੇ ਕੀਤੇ ਦੱਸਿਆ ਕਿ ਹਾਫਿਜ਼ ਪਾਕਿਸਤਾਨੀ ਅਤਵਾਦੀ ਸੰਗਠਨ ਲਸ਼ਕਰੇ ਤੌਇਬਾ ਦਾ ਸੰਸਥਾਪਕ ਮੰਨਿਆ ਜਾਂਦਾ ਹੈ ਤੇ ਹਾਫਿਜ਼ ਸੈਦ ਜੰਮੂ ਕਸ਼ਮੀਰ ਦੇ ਵਿੱਚ ਕਈ ਅਤਵਾਦੀ ਘਟਨਾਵਾਂ ਦੇ ਵਿੱਚ ਸ਼ਾਮਿਲ ਰਿਹਾ ਉਹ ਭਾਰਤ ਦੇ ਵਿੱਚ ਮੋਸਟ ਵੌਂਟਡ ਅਤਵਾਦੀਆਂ ਦੀ ਸੂਚੀ ਦੇ ਵਿੱਚ ਸ਼ਾਮਿਲ ਹੈ ਅਮਰੀਕਾ ਨੇ ਵੀ ਹਾਫਿਜ਼ ਸੈਦ ਨੂੰ ਅਤਵਾਦੀ ਐਲਾਨ ਕੀਤਾ ਹੈ ਤੇ ਉਸ ਤੇ 10 ਮਿਲੀਅਨ ਡਾਲਰ ਦੇ ਇਨਾਮ ਦਾ ਐਲਾਨ ਵੀ ਕੀਤਾ ਹੋਇਆ ਹੈ ਹਾਫਿਜ਼ ਸੈਦ 2008 ਦੇ ਮੁੰਬਈ ਅਤਵਾਦੀ ਹਮਲੇ ਤੇ ਪੁਲਵਾਮਾ ਹਮਲੇ ਦਾ ਮਾਸਟਰਮਾਈਂਡ ਵੀ ਹੈ ਉਹ ਜਸਤਾਲ ਪਹਿਲਾਂ ਤੱਕ ਹਾਫਿਜ਼ ਸૈયਦ ਪਾਕਿਸਤਾਨ ਦੇ ਵਿੱਚ ਖੁੱਲੇ ਆਮ ਘੁੰਮ ਰਿਹਾ ਸੀ ਤੇ ਆਪਣੇ ਸੰਗਠਨ ਦੇ ਲਈ ਚੰਦਾ ਇਕੱਠਾ ਕਰ ਰਿਹਾ ਸੀ ਪਰ ਅੰਤਰਰਾਸ਼ਟਰੀ ਦਬਾਅ ਵਧਣ ਤੋਂ ਬਾਅਦ ਸਾਲ 2019 ਦੇ ਵਿੱਚ ਹਾਫਿਜ਼ ਸૈયਦ ਨੂੰ ਪਾਕਿਸਤਾਨ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਤੇ ਅੱਤਵਾਦ ਨੂੰ ਵਿੱਤ ਪੋਸ਼ਣ ਦੇ ਦੋਸ਼ ਦੇ ਵਿੱਚ 15 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਪਿਛਲੇ ਸਾਲ ਵੀ ਪਾਕਿਸਤਾਨੀ ਅਦਾਲਤ ਨੇ ਹਾਫਿਜ਼ ਸૈયਦ ਨੂੰ ਅੱਤਵਾਦੀ ਘਟਨਾਵਾਂ ਦੇ ਲਈ ਪੈਸਾ ਇਕੱਠਾ ਕਰਨ ਦੇ ਦੋਸ਼ ਦੇ ਵਿੱਚ 31 ਸਾਲ ਦੀ ਸਜ਼ਾ ਸੁਣਾਈ ਸੀ ਅਧੀ ਪਾਕਿਸਤਾਨ ਦੀ ਇੱਕ ਅਦਾਲਤ ਨੇ 9 ਮਈ ਨੂੰ ਫੌਜੀ ਹੈੱਡਕੁਆਰਟਰਾਂ ਤੇ ਹੋਏ ਹਮਲੇ ਸੰਬੰਧੀ ਦਰਜ ਇੱਕ ਨਵੇਂ ਕੇਸ ਦੇ ਵਿੱਚ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੋਰੈਸ਼ੀ ਦੇ 30 ਦਿਨਾਂ ਰਿਮਾਂਡ ਦੀ ਮੰਗ ਵਾਲੀ ਪੁਲਿਸ ਦੀ ਅਰਜ਼ੀ ਖਾਰਜ ਕਰ ਦਿੱਤੀ ਹੈ ਤੇ ਉਹਨਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਉਪ ਚੇਅਰਮੈਨ ਸ਼ਾਹ ਮਹਿਮੂਦ ਕੋਰੈਸ਼ੀ ਨੂੰ ਸਾਈਫਰ ਕੇਸ ਦੇ ਵਿੱਚ ਜ਼ਮਾਨਤ ਤੇ ਅੜਿਆਲਾ ਜੇਲ੍ਹ ਤੋਂ ਰਿਹਾਈ ਤੋਂ ਬਾਅਦ 9 ਮਈ ਦੇ ਦੰਗਿਆਂ ਸੰਬੰਧੀ ਇੱਕ ਨਵੇਂ ਕੇਸ ਦੇ ਵਿੱਚ ਫਿਰ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਦੀ ਪਾਰਟੀ ਨੇ ਆਮ ਚੋਣਾਂ ਤੋਂ ਪਹਿਲਾਂ ਇਸ ਨੂੰ ਕਥਿਤ ਗੈਰ-ਕਾਨੂੰਨੀ ਕਦਮ ਘਰਾੜ ਦਿੱਤਾ। ਦੱਸਣਯੋਗ ਹੈ ਕਿ ਕਥਿਤ ਭ੍ਰਿਸ਼ਟਾਚਾਰ ਦੇ ਕੇਸ ਦੇ ਵਿੱਚ ਪੀਟੀਆਈ ਮੁਖੀ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਦੇ ਸਮਰਥਕਾਂ ਨੇ ਫੌਜੀ ਤੇ ਸਰਕਾਰੀ ਅਦਾਰਿਆਂ ਤੇ ਹਮਲੇ ਕੀਤੇ ਸਨ। ਮੀਡੀਆ ਰਿਪੋਰਟਰਾਂ ਮੁਤਾਬਕ ਉਹਨਾਂ ਨੂੰ ਅਜੇ ਹੀ ਇੱਕ ਦਰਜਨ ਕੇਸਾਂ ਦੇ ਵਧੀਕ ਜਿਲ੍ਹਾਤੀ ਸੈਸ਼ਨ ਜੱਜ ਜ਼ਹਾਂਗੀਰ ਅਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸਾਬਕਾ ਵਿਦੇਸ਼ ਮੰਤਰੀ ਨੇ ਜੱਜ ਨੂੰ ਦੱਸਿਆ ਕਿ ਲੰਗੀ ਰਾਤ ਉਹਨਾਂ ਨੂੰ ਠੰਡੇ ਸੈੱਲ ਦੇ ਵਿੱਚ ਰੱਖਿਆ ਗਿਆ ਸੌਣ ਦੀ ਆਗਿਆ ਨਹੀਂ ਦਿੱਤੀ ਗਈ ਕੁਰੇਸ਼ੀ ਨੇ ਦਾਅਵਾ ਕੀਤਾ ਕਿ ਮੇਰੇ ਤੇ ਮਾਨਸਿਕ ਤੇ ਸਰੀਰਕ ਤਸ਼ੱਦਦ ਕੀਤਾ ਗਿਆ ਰਿਪੋਰਟ ਮੁਤਾਬਕ ਕੁਰੇਸ਼ੀ ਦਾ ਬਿਆਨ ਤੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜੱਜ ਨੇ ਪੁਲਿਸ ਦੀ ਰਿਮਾਂਡ ਦੀ ਮੰਗ ਵਾਲੀ ਅਰਜ਼ੀ ਖਾਰਜ ਕਰ ਦਿੱਤੀ ਤੇ ਕੁਰੇਸ਼ੀ ਨੂੰ 2 ਹਫ਼ਤਿਆਂ ਦੀ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਗਿਆ ਉਦਰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਦੇ ਵਿੱਚ ਇੱਕ ਮਸ਼ਹੂਰ ਹਿੰਦੂ ਮੰਦਿਰ ਦੇ ਪ੍ਰਧਾਨ ਤੇ ਹਮਲਾ ਹੋਣ ਦੀ ਜਾਣਕਾਰੀ ਮਿਲੀ ਹੈ ਉਸ ਦੇ ਕਰਤੇ ਇੱਕ ਤੋਂ ਬਾਅਦ ਇੱਕ 14 ਰਾਉਂਡ ਫਾਇਰ ਕੀਤੇ ਗਏ ਮੀਡੀਆ ਰਿਪੋਰਟਰਾਂ ਮੁਤਾਬਕ ਸਰੀ ਦੇ ਵਿੱਚ ਲਕਸ਼ਮੀ ਨਾਰਾਇਣ ਮੰਦਿਰ ਦੇ ਪ੍ਰਧਾਨ ਅਸੀਸ਼ ਕੁਮਾਰ ਦੇ ਘਰ ਤੇ ਰਾਤ ਨੂੰ ਹਮਲਾ ਕੀਤਾ ਗਿਆ ਹਾਲਾਂਕਿ ਗੋਲੀਬਾਰੀ ਦੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਪਰ ਗੋਲੀ ਲੱਗਣ ਦੇ ਕਾਰਨ ਘਰ ਦਾ ਕਾਫੀ ਨੁਕਸਾਨ ਹੋਇਆ ਪੁਲਿਸ ਕਈ ਘੰਟਿਆਂ ਤੱਕ ਘਟਨਾ ਵਾਲੀ ਥਾਂ ਤੇ ਰਹੀ ਸਬੂਤਾਂ ਦੀ ਜਾਂਚ ਕੀਤੀ ਗਵਾਹਾਂ ਦੇ ਨਾਲ ਗੱਲਬਾਤ ਕੀਤੀ ਤੇ ਸੀਸੀਟੀਵੀ ਫੁਟੇਜ ਦੇ ਲਈ ਆਸ-ਪਾਸ ਦੀ ਤਲਾਸ਼ੀ ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਹਮਲੇ ਦੇ ਵਿੱਚ ਘਰ ਨੂੰ ਨੁਕਸਾਨ ਪੁੱਜਣ ਦੀ ਖਬਰ ਜ਼ਰੂਰ ਹੈ ਕੱਟਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਨੇ ਮੁਤਾਬਕ ਸतीश ਕੁਮਾਰ ਲక్ష్ਮੀ ਨਾਰਾਇਣ ਮੰਦਰ ਸਰੀ ਦਾ ਪ੍ਰਧਾਨ ਹੈ ਜ਼ਿਕਰਯੋਗ ਹੈ ਕਿ ਅਗਸਤ ਮਹੀਨੇ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦੇ ਪ੍ਰਸਿੱਧ Hindu ਮੰਦਰ ਦੀ ਭਾਰਤ ਵਿਰੋਧੀ ਗ੍ਰੈਫਟੀ ਦੇ ਨਾਲ ਪੰਨ ਤੋੜ ਕੀਤੀ ਗਈ ਸੀ ਜਿਸ ਕਾਰਨ ਭਾਰਤੀ ਭਾਈਚਾਰੇ ਦੇ ਵਿੱਚ ਭਾਰੀ ਰੋਸ ਵੀ ਹੈ ਰੀਪੋਰਟਾਂ ਮੁਤਾਬਕ ਅੱਧੀ ਰਾਤ ਨੂੰ ਮੰਦਰ ਦੇ ਮੁੱਖ ਦਰਵਾਜ਼ੇ ਤੇ ਨਫ਼ਰਤਈ ਪੋਸਟਰ ਵੀ ਚਪਕਾਏ ਗਏ ਉਸ ਸਮੇਂ ਬ੍ਰੈਂਪਟਨ ਦੇ ਮੇਅਰ ਨੇ ਮੰਦਰ ਦੀਆਂ ਕੰਧਾਂ ਨੂੰ ਵਿਗਾੜ ਕੇ ਭਾਰਤ ਪ੍ਰਤੀ ਨਫ਼ਰਤ ਦੇ ਸੰਦੇਸ਼ ਫੈਲਾਉਣ ਦੀ ਕਾਰਵਾਈ ਦੀ ਸਖਤ ਨਿੰਦਾ ਵੀ ਕੀਤੀ ਸੀ। ਵਰਲਡ ਅਪਡੇਟ ਦੇ ਵਿੱਚ ਫਿਲਹਾਲ ਇਨਾ ਹੀ ਮੈਨੂੰ ਦੇਖਾਸਤ ਧੰਨਵਾਦ।